अल्लाह गाइज तो आज है ईद का पहला दिन तो भैन यको हम ईद के पट्ठे बढ़ रहे हैं तुम्हें पता है ना फिर ये जो होते हैं ना पाठी लोग इन्होंने पट्ठे जरूर बढ़ने होते हैं क्योंकि ये माल डंगर वाले को छुट्टी नहीं होती तो ये चेक कर लो पट्ठे बढ़ रहे हैं ये अपने छोटे भाई हैं और हमने दो तीन पंडा है दो पंडा सॉरी चेक करो काले तो पीले तो नीले ने ਏ ਹਮ ਬਿਸ਼ਟਾਲਾ ਵੜ ਰਹੇ ਆਂ ਔਰ ਜੋ ਫੌਜੀ ਆ ਨਾ ਫੌਜੀ ਔਰ ਚੀਮਾ ਅੱਜ ਉਹਨਾਂ ਦੋਵਾਂ ਦੇ ਅੰਦਰ ਹੋ ਗਿਆ ਤੇ ਆ ਮਸੱਲੀ ਵੇਲ ਲੋ ਇਹਨ ਪੱਠੇ ਪੇ ਵੜਦੇ ਨੇ ਓ ਜਾ ਦੇਖੋ ਦਾਤਰੀ ਨਾ ਮੁਕਾਮ ਖਾ ਮਸੱਲੀ ਔਰ ਆਤੀ ਦਿਲਣ ਨੇ ਪੁਰਾ ਉਰਾ ਜਣਾ ਨਹੀਂ ਆ ਪੱਠੇ ਵੜਦੇ ਨੇ ਵੱਡੋ ਯਾਰ ਮਿੰਟ ਮਾਰੋ ਯਾਰ ਟਿਕਟੋਕ ਤੇ ਪਾਣੀਆ ਵੀਡੀਓ ਨਹੀਂ ਟਿਕਟੋਕ ਤੇ ਕਿਉਂ ਪਾਣੀਆ ਟਿਕਟੋਕ ਲਈ ਸੋਣਾ ਇੱਕ ਕਲਿੱਪ ਟਿਕਟੋਕ ਲਈ ਬਣਾਣਾ ਇੱਕ ਬਣਾਤਾ ਹੈ ਹੈਲੋ ਗਾਇਜ਼ ਆ ਚੈੱਕ ਕਰ ਸਕਦੇ ਹੋ ਤੇ ਇਹ ਪੱਠੇ ਤੁਹਾਨੂੰ ਪਤਾ ਕਿ ਜੋ ਭੌਂਦੇ ਨੇ ਨਾ ਜ਼ਿੰਮੇਦਾਰੇ ਬਿਰਾ ਤੇ ਉਹ ਆਪਣੀ ਕਣਕੇ ਵੇਖੋ ਐਦੇ ਵੀ ਕਣਕੇ ਆਸ਼ਟਾਲਾ ਨਾਰਵਿਸ਼ਟਾਲਾ ਉਪਰਾਂ ਕਮਾ ਦੇ ਤੇ ਜ਼ਿੰਮੇਦਾਰੀ ਬਿਰਾ ਨੂੰ ਛੁੱਟੀ ਨਹੀਂ ਉਹਨਾਂ ਡੰਗਰਾਂ ਦਾ ਕਰਨਾ ਤੇ ਠੀਕ ਹੈ ਨਹੀਂ ਕਰਨਾ ਤੇ ਮੋੜ ਵੀ ਠੀਕ ਬਾਕੀ ਆ ਬੰਦੇ ਚੈੱਕ ਕਰੋ ਲਾਏ ਨੇ ਮੇਰਾ ਮਤਲਬ ਪੱਠੇ ਵਡਣ ਤੇ ਅਜੇ ਨਾ ਹੀ ਵੱਡੇ ਨੇ ਚੈੱਕ ਕਰੋ ਤੇ ਥਾਗੇ ਨੇ ਟੱਟੇ ਕੱਢ ਗਏ ਨੇ ਤੇਰੀ ਬੁੰਡ ਚ ਹੁੰਦੀ ਤੇ ਤੇਰੀ ਲਨ ਕੁੜੇ ਨੂੰ ਆ ਤੇਰੀ ਨੂੰ ਤੇ ਤੁਸੀਂ ਵੀ ਆ ਵੇਲੋ ਮੌਸਮ ਕਿੰਨਾ ਪਿਆਰਾ ਹੈ ਅੱਛਾ ਮੌਸਮ ਹੈ ਮੌਸਮ ਬਹੁਤ ਪਿਆਰਾ ਹੈ ਤੇ ਪੱਠੇ ਵੜ ਰਹੇ ਆ ਤਕਰੀਬਨ ਮਗਰਬ ਦਾ ਟਾਈਮ ਹੈ ਸਵੇਰੇ ਨਾ ਟਾਈਮ ਨਾਲ ਚੱਕ ਕੇ ਕੁੱਤਰ ਕੇ ਤੇ ਵੇਲੇ ਮੋੜ ਫਿਰਨਾ ਕੁੱਤੇ ਖੱਸੀ ਖੁੱਲੇ ਖੁੱਲੇ ਕੁੱਤੇ ਖੱਸੀ ਕਰਨੀ ਹੈ ਵੀਡੀਓ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਅੱਛੇ ਅੱਛੇ ਕਰੋ ਬਾਕੀ ਤੁਹਾਨੂੰ ਵੀਡੀਓ ਹੋਰ ਮਿਲਣਗੀਆਂ ਬਾਕੀ ਸ਼ਾਰੂ ਮੈਂ ਤਕਰੀਬਨ 2-3 ਘੰਟੇ ਹੋਏ ਨੇ ਤੁਹਾਨੂੰ ਪਤਾ ਹੈ ਸਾਨੂੰ ਉਹ ਅਗਲੀ ਵੀਡੀਓ ਤੁਹਾਨੂੰ ਉਹ ਵੀਡੀਓ ਵੀ ਪਾਈ ਏ ਤੇ ਹੋਰ ਤੁਸੀਂ ਸੁਣਾਓ ਫੌਜੀ ਮਸੱਲੀ ਆਇਆ ਆ ਬੱਠੇ